ਬਾਕੀ ਸਵੇਰ ਦਾ ਟਾਈਮ ਅਤੇ ਪੱਠੇ ਪੁੱਠੇ ਪਾ ਕੇ ਗਿਆ ਚੱਕ ਲਿਆ ਭਾਈ ਬਾਕੀ ਆਏ ਸਵੇਰ ਦਾ ਸੋਚ ਲਾਇਆ ਵਾ ਅਲੀ ਭਾਈ ਨੇ ਅਤੇ ਮੈਂ ਚੱਲ ਗਿਆ ਘਰ ਨੂੰ ਬਾਕੀ ਪੱਠੇ ਪੁੱਠੇ ਕੋ ਤਲੇ ਆ ਅਤੇ ਹੁਣ ਆਇਆ ਮੈਂ ਧਾਰਾਂ ਕੱਢਣ ਬਾਕੀ ਬਾਕੀ ਸਵੇਰ ਦਾ ਟਾਈਮ ਅਤੇ ਪੱਠੇ ਪੁੱਠੇ ਪਾ ਕੇ ਗਿਆ ਚੱਕ ਲਿਆ ਵਾ ਚੱਲ ਪਏ ਜਾ ਕੇ ਧਾਰਾਂ ਕੱਢਣ ਅਤੇ ਇਹਦੇ ਵੀ ਤਾਰ ਤੁਹਾਨੂੰ ਕੱਢ ਲਵੇ ਅਤੇ ਫਿਰ ਜਾਂਦੇ ਘਰ ਨੂੰ ਅਤੇ ਮੈਂ ਉੱਥੇ ਗੋਹਾ ਲੱਦ ਲਵਾਂ ਅਤੇ ਬਾਕੀ ਫਿਰ ਹੁਣ ਮਿਲਦੇ ਹਾਂ ਗੋਹਾ ਲੱਦ ਅਤੇ ਅਲੀ ਬਾਈ ਕੱਟੀ ਚੰਗਾਉਣ ਦਿਆ ਵਾ ਅਤੇ ਬਾਕੀ ਹੁਣ ਪੱਲੀਆਂ ਪੱਲੀਆਂ ਬੰਨਦਾ ਵਾ ਅਤੇ ਪੱਲੀਆਂ ਪੱਲੀਆਂ ਬੰਨ ਕੇ ਨਾ ਘਰੋਂ ਆ ਕੇ ਪੱਲੀਆਂ ਰੱਖਾਂਗੇ ਕਿਉਂਕਿ ਜਿਹੜਾ ਫਿਰ ਆਪਾਂ ਗੋਹਾ ਹੁਣ ਲੱਦਿਆ ਨਾ ਮੱਝਾਂ ਨੇ ਫਿਰ ਜੋ ਹੋਰ ਗੋਹਾ ਕਰ ਦੇਣਾ ਵਾ ਉਹ ਵੀ ਫਿਰ ਲੱਦਣਾ ਨਾ ਉੱਤੇ ਉਹ ਫਿਰ ਪੱਲੀਆਂ 'ਤੇ ਚਿੱਟੇ ਪੈਂਦੇ ਇਸ ਕਰਕੇ ਨਾ ਉਹ ਜਿਹੜਾ ਪੱਲੀਆਂ ਆਪਾਂ ਬਾਅਦ 'ਚ ਰੱਖਾਂਗੇ ਪੱਲੀਆਂ ਪਰ ਬੰਨ ਹੋਣ ਲੈਂਦੇ ਹਾਂ ਪੱਲੀਆਂ ਪੱਲੀਆਂ ਰੱਖ ਲਈਆਂ ਵਾ ਅਤੇ ਸਾਫਾ ਰਹਿ ਗਿਆ ਸਾਫਾ ਦਾ ਅੱਗੇ ਟਰੈਕਟਰ ਰੱਖਿਆ ਹੁੰਦਾ ਸੀ ਸਾਫਾ ਪਿਆ ਘਰ ਕਿਉਂਕਿ ਅਲੀ ਬਾਈ ਕੱਲ੍ਹ ਗਿਆ ਸੀ ਸਪਰੇਅ ਕਰਨ ਅਤੇ ਉਹ ਫਿਰ ਘਰ ਹੀ ਲੈ ਗਏ ਕੱਲ੍ਹ ਦਾ ਅਤੇ ਨਾਲ ਸਪਰੇਅ ਲੈ ਕਰਨ ਜਦੋਂ ਜਾਂਦਾ ਫਿਰ ਨਾਲ ਲੈ ਕੇ ਜਾਂਦਾ ਅਲੀ ਬਾਈ ਅਤੇ ਉਹ ਫਿਰ ਮੂੰਹ ਉੱਤੇ ਸਪਰੇਅ ਨਹੀਂ ਪੈਂਦੀ ਅਤੇ ਬਾਕੀ ਦਾਤੀ ਵੀ ਅਲੀ ਬਾਈ ਲੈ ਗਿਆ ਸੀ ਜਿਹੜਾ ਖਾਲਾ ਸੀਗਾ ਜਿੱਥੇ ਮਟੂਲ ਲੱਗਾ ਉੱਥੋਂ ਖਾਲਾ ਥੋੜ੍ਹਾ ਕੱਢਣਾ ਸੀ ਉਹ ਵੀ ਕੱਢਿਆ ਸੀਗਾ ਅਲੀ ਬਾਈ ਨੇ ਅਤੇ ਦਾਤੀ ਵੀ ਇਸ ਕਰਕੇ ਘਰ ਹੀ ਹੈ ਇਸ ਕਰਕੇ ਇੱਕੋ ਦਾਤੀ ਪਈ ਆ ਆਹ ਜਿਹੜੀ ਅਤੇ ਬਾਕੀ ਫਿਰ ਦੂਜੀ ਦਾਤੀ ਜੀ ਰੋਟੀ ਰੋਟੀ ਖਾਂਦੇ ਉਦੋਂ ਲੈ ਕੇ ਆਉਂਦੇ ਹਾਂ ਅਤੇ ਨਾਲੇ ਸਾਫਾ ਵੀ ਲਿਆਉਂਦੇ ਹਾਂ ਅਤੇ ਨਾਲੇ ਟੂ ਆਈ ਬੱਦਲ ਤਾਂ ਹੈ ਨੇਗਾ ਚਾਹੇ ਚਲਾਉਣਾ ਟੂਵਲ ਅਤੇ ਬਾਕੀ ਤੇਲ ਵੀ ਲਿਆਉਂਦੇ ਹਾਂ ਅਤੇ ਤੇਲ ਕੈਨ ਲਿਆਉਂਦੇ ਕੈਨ ਸਾਡੇ ਘਰ ਪਿਆ ਨਾਲ ਤੇਲ ਤੁਲ ਪਾ ਲੈਂਦੇ ਹਾਂ ਅਤੇ ਫਿਰ ਤੇਲ ਪਾ ਕੇ ਫਿਰ ਚੱਲਦੇ ਹਾਂ ਮਰਦੇ ਅਤੇ ਬਾਕੀ ਅਲੀ ਬਾਈ ਇਹ ਧਾਰ ਕੱਢਣ ਦਿਆ ਵਾ ਅਲੀ ਬਾਈ ਦੋ ਜਣ ਦੁੱਧ ਦੁੱਧ ਦੇ ਕੇ ਆਊਗਾ ਪੁੱਛਦਾ ਆਪ ਹੀ ਮੈਂ ਜਾਵਾਂ ਕਿ ਨਾ ਹਜੇ ਅਤੇ ਬਾਕੀ ਅਲੀ ਬਾਈ ਫਿਰ ਦੋ ਜਣ ਦੁੱਧ ਆਊਗਾ ਜੇ ਮੈਂ ਚੱਲ ਗਈ ਅਤੇ ਬਾਕੀ ਫਿਰ ਮੈਂ ਜਾ ਕੇ ਵਲੋਗ ਐਡੀਟਿੰਗ 'ਤੇ ਲਾਉਣਾ ਹਜੇ ਅਤੇ ਬਾਕੀ ਐਡੀਟਿੰਗ 'ਤੇ ਲਾ ਕੇ ਫਿਰ ਜਾਣਾ ਮੇਰਾ ਪੇ ਕਿਉਂਕਿ ਉਹ ਪਿੱਛੇ ਐਡੀਟਿੰਗ ਹੁੰਦਾ ਰਹੂਗਾ ਫਿਰ ਆਊਂਗਾ ਫਿਰ ਜਿਹੜਾ ਵਾਟਰ ਮਾਰਕ ਆ ਰਿਮੂਵ ਕਰੂੰਗਾ ਅਤੇ ਉਸ ਤੋਂ ਬਾਅਦ ਜਾ ਕੇ ਤਾਂ ਦੋ ਘੰਟੇ ਦੇ ਲਾਈਮ ਹੀ ਲੱਗ ਜਾਂਦੇ ਆ ਪਹਿਲਾਂ ਐਡੀਟਿੰਗ ਕਰੋ ਉਹ ਵੀ ਬਾਅਦ 'ਚ ਫਿਰ ਉਹਨੂੰ ਰਿਮੂਵ ਕਰੋ ਵਾਟਰ ਮਾਰਕ ਜਿਹੜਾ ਉੱਤੇ ਆ ਜਾਂਦਾ ਵਾ ਉਸ ਤੋਂ ਬਾਅਦ ਫਿਰ ਉਹ ਜਿਹੜਾ ਹੁੰਦਾ ਵਾ ਦੂਸਰਾ ਕੀ ਕਹਿੰਦੇ ਉਹਨੂੰ ਨੈੱਟ ਦੀ ਸਪੀਡ ਕੱਲ੍ਹ ਬਹੁਤ ਸਲੋਅ ਸੀਗੀ ਕੱਲ੍ਹ ਦੇਖ ਲਓ ਵੀ ਆਪਾਂ ਇੱਥੋਂ ਕਦੋਂ 11:30 ਪਾ ਗਏ ਸੀ ਮੈਂ ਆਪਣੇ ਪੱਖੇ ਲੈ ਕੇ ਅਤੇ ਉਦੋਂ ਦਾ ਮੈਂ ਵਲੋਗ ਐਡੀਟਿੰਗ ਕੀਤਾ ਵਾ ਐਡੀਟਿੰਗ ਕਰਨ ਤੋਂ ਬਾਅਦ 1:30 ਵਜੇ ਮੈਂ ਨਾ ਉਹਦਾ ਵਾਟਰ ਮਾਰਕ ਰਿਮੂਵ ਕਰਕੇ ਹਟ ਗਿਆ ਸੀਗਾ ਮਤਲਬ ਹੁਣ ਸਿਰਫ ਅਪਲੋਡ ਕਰਨਾ ਸੀ ਉਹਨੂੰ ਵਲੋਗ ਅਤੇ ਮੈਂ ਅਪਲੋਡਿੰਗ 'ਤੇ ਲਾਇਆ ਅਤੇ 1:30 ਵਜੇ ਚਲ 2 ਵਜੇ ਹੀ ਲਾ ਲਓ 2 ਵਜੇ ਅਪਲੋਡਿੰਗ 'ਤੇ ਲਾਇਆ ਵਾ ਉਸ ਤੋਂ ਬਾਅਦ ਆਪਾਂ ਚਲ ਗਏ ਨਹੀਂ 2 ਵਜੇ ਨਹੀਂ 1:30 ਵਜੇ ਨਹੀਂ 1:30 ਵਜੇ ਸਾਡਾ ਚਾੜ੍ਹਨ ਲੱਗਾ ਸੀਗਾ ਚਾੜ੍ਹ 1:30 ਵਜੇ ਚਾੜ੍ਹਨ ਲਾਤਾ ਸੀਗਾ ਫਿਰ ਉਸ ਟਾਈਮ ਗਿਆ ਸੀ ਮਰਾਬੇ ਜਾ ਕੇ ਫਿਰ ਟੂਲ ਚਲਾਇਆ ਅਤੇ ਉਸ ਤੋਂ ਬਾਅਦ ਟੂਲ ਚਲਾਉਣ ਤੋਂ ਬਾਅਦ ਫਿਰ ਪਾਣੀ ਪੂਣੀ ਲਾਇਆ ਵਾ ਉਸ ਤੋਂ ਬਾਅਦ ਟੂਲ ਬੰਦ ਕੀਤਾ ਵਾ ਫਿਰ ਜੋ ਆਇਆ ਨਾ ਪਤਾ ਕਿੰਨਾ ਅਪਲੋਡਿੰਗ ਹੁੰਦੇ ਹੋਇਆ ਸੀ ਫਿਰ ਉਹ 83% ਹੋਇਆ ਸੀਗਾ ਉਹ ਵੀ ਜਦੋਂ ਮੈਂ ਇੱਥੇ ਵੇਲੀ ਆਇਆ ਫਿਰ ਪਾਣੀ ਪੂਣੀ ਡਾਇਆ ਫਿਰ ਆਪਾਂ ਗਏ ਘਰ ਨੂੰ ਉਸ ਤੋਂ ਬਾਅਦ ਫਿਰ ਮੈਂ ਆਟਾ ਛੱਡਾਂਗੇ ਆਟਾ ਛੱਡ ਕੇ ਫਿਰ ਆਇਆ ਕੰਪਿਊਟਰ ਕੋਲ ਨਹੀਂ ਮੈਂ ਹਜੇ ਗਿਆ ਸੀਗਾ ਆ ਕੇ ਫਿਰ ਧਾਰਾਂ ਧੁਰਾਂ ਕੱਢੀਆਂ ਧਾਰਾਂ ਧੁਰਾਂ ਕੱਢ ਕੇ ਜਦੋਂ ਮੈਂ ਗਿਆ ਨਾ ਫਿਰ ਪਾਣੀ ਲੈਣ ਗਿਆ ਪਾਣੀ ਲੈ ਕੇ ਆਇਆ ਉਸ ਤੋਂ ਬਾਅਦ ਜੀ ਮੈਂ ਜਾ ਕੇ ਦੇਖਿਆ ਫਿਰ 83% ਅਪਲੋਡ ਹੋਈ ਸੀਗੀ ਇੰਨੇ ਸਲੋ ਨੈੱਟ ਚੱਲਦੇ ਆ ਇੱਥੇ ਅਤੇ ਬਾਕੀ ਅੱਜ ਦੇਖਦੇ ਹਾਂ ਕਿੱਦਾਂ ਅਪਲੋਡ ਹੁੰਦਾ ਵਾ ਅਤੇ ਬਾਕੀ ਇਸ ਹਿਸਾਬ ਨਾਲ ਕਰਕੇ ਨਾ
ਵਲੋਗ ਚੜ੍ਹਦਾ ਨਹੀਂ ਕਦੀ ਕਦੀ ਇਸ ਕਰਕੇ ਨਾ ਕਦੀ ਕਦੀ ਵਲੋਗ ਨਹੀਂ ਆਉਂਦਾ ਹੁੰਦਾ ਵੀ ਨੈੱਟ ਦੀ ਸਪੀਡ ਬਹੁਤ ਸਲੋਅ ਹੁੰਦੀ ਆ। ਮਤਲਬ ਵੀ ਕਦੀ ਕਦੀ ਤਾਂ ਮੈਂ ਹੁੰਦਾ ਵੀ ਅਸੀਂ ਅੱਜ ਵਲੋਗ ਬਣਾ ਲਿਆ ਕੱਲ੍ਹ ਬਣਾ ਲਿਆ, ਅਤੇ ਇਹ ਜਿਹੜਾ ਅੱਜ ਬਣਾਇਆ ਨਾ ਅਗਲੇ ਦਿਨ ਚੜ੍ਹਦਾ ਹੁੰਦਾ, ਉਹ ਤੋਂ ਅਗਲੇ ਦਿਨ ਜਾਇਆ ਹਿਸਾਬ ਨਾਲ ਕਰਕੇ ਚੜ੍ਹਦਾ ਹੁੰਦਾ। ਅਤੇ ਜਿਹੜਾ ਵਲੋਗ ਅੱਜ ਬਣਾਉਣਾ ਨਾ, ਜੇ ਮਤਲਬ ਵੀ ਵਲੋਗ ਮੇਰੇ ਕੋਲ ਕੋਈ ਨਹੀਂ ਹੈਗਾ ਕੱਲ੍ਹ ਨੂੰ ਚਾੜ੍ਹਨ ਵਾਸਤੇ, ਜਿਹੜਾ ਵਲੋਗ ਮੈਂ ਅੱਜ ਬਣਾਇਆ ਉਹ ਅੱਜ ਚੜ੍ਹਨਾ ਪੈਣਾ, ਉਹ ਅੱਜ ਸ਼ਾਮ ਤੱਕ ਕੰਪਲੀਟ ਹੋਣਾ। ਉਹ ਤੋਂ ਬਾਅਦ ਜੋ ਮੈਂ ਉਹਨੂੰ ਐਡੀਟਿੰਗ ਕਰਨਾ, ਵਾਟਰ ਮਾਰ ਰਿਮੂਵ ਕਰਨਾ, ਅਤੇ ਸ਼ਾਮ ਨੂੰ ਨੈੱਟ 'ਤੇ ਚੜ੍ਹਨ ਲੱਗਣਾ, ਜੋ ਸਪੀਡ ਫਲੋ ਹੁੰਦੀ ਇਸ ਕਰਕੇ ਵਿੱਚ ਵਿੱਚ ਵਲੋਗ ਲੈ ਜਾਂਦੇ ਹੁੰਦੇ ਆ। ਅਤੇ ਬਾਕੀ ਹੁਣ ਮੈਂ ਜਾਂਦਾ ਘਰ ਨੂੰ, ਅਤੇ ਜਾ ਕੇ ਨਾ ਰੋਟੀ ਰੋਟੀ ਦਾ ਕੰਮ ਕਰੀਏ, ਅਤੇ ਬਾਕੀ ਫਿਰ ਜਾਂਦੇ ਹਾਂ ਮੈਂ ਅੱਗੇ। ਬਾਕੀ ਆਏ ਫਿਰ ਤੁਹਾਨੂੰ ਪੁੱਛ ਲਿਆ ਅਲੀ ਭਾਈ ਨੇ, ਅਤੇ ਮੈਂ ਚੱਲ ਗਿਆ ਘਰ ਨੂੰ। ਮੈਂ ਜਾ ਕੇ ਪੱਠੇ ਗੁੱਦਨੇ ਆ, ਦੁਪਹਿਰੇ ਲੇਟ ਹੋ ਗਿਆ ਵਾ, ਅਤੇ ਨਹਾਉਣ ਨਹੁਣ ਲੱਗ ਗਿਆ ਮੈਂ, ਅਤੇ ਜਾ ਕੇ ਪੱਠੇ ਪੁੱਠੇ ਨਹੀਂ ਗੁਜ਼ਰੇ। ਅਤੇ ਬਾਕੀ ਸਵੇਰੇ ਚਲਾਇਆ ਸੀਗਾ 7-8 ਵਜੇ ਸਕੂਲ, ਅਤੇ ਹਜੇ ਚੱਲੀ ਮੈਂ ਹਜੇ ਹੁਣ ਝੋਨਾ ਛੱਡਿਆ, ਕਮਾਲ ਕਮੂਲ ਅਜੇ ਬਾਰੇ ਭਰ ਦਿੱਤੇ ਆ, ਅਤੇ ਮੈਂ ਚਾਹ ਲੈ ਕੇ ਆਏ ਨਾਲ ਤੇਲ ਲੈ ਕੇ ਆਇਆ ਸੀਗਾ। ਅਤੇ ਬਾਕੀ ਹੁਣ ਮੈਂ ਚੱਲਾਂ ਪਿੰਡ ਨੂੰ, ਅਤੇ ਜਾ ਕੇ ਪੱਠੇ ਪੁੱਠੇ ਗੁਜ਼ਰ ਕੇ ਮੱਝਾਂ ਘੁਮਾਉਂਦਾ ਵਾ, ਅਤੇ ਬਾਕੀ ਆਪ ਵੀ ਚੱਲਣ ਦਿਆ ਵਾ, ਇਹਨਾਂ ਨਹਿਰ ਦੇ ਨਾਲ ਚਲਾਇਆ ਵਾ, ਅਤੇ ਆਪਣਾ ਆਪਦਾ ਚੱਲਣ ਦਿਆ ਵਾ, ਅਤੇ ਬਾਕੀ ਉਹਨਾਂ ਨੇ ਪਿੰਡ ਜਾਂਦਾ ਵਾ, ਅਤੇ ਜਾ ਕੇ ਪੱਠੇ ਪੁੱਠੇ ਬਾਕੀ ਪੱਠੇ ਪੱਠੇ ਕੁਤਰਲੇ ਆ, ਅਤੇ ਹੁਣ ਆਇਆ ਮੈਂ ਧਾਰਾਂ ਕੱਢਣ। ਬਾਕੀ ਮੈਂ ਡੋਲ ਲੈ ਕੇ ਆਇਆ ਨਾਲ, ਅਤੇ ਪੱਠੇ ਪਾਏ ਹੋਣੇ ਮੈਂ ਪਾ ਕੇ ਹਟਿਆ ਵਾਂ, ਅਤੇ ਬਾਕੀ ਮੈਂ ਮਾੜੇ ਖਾ ਲੈਣ ਫਿਰ ਧਾਰਾਂ ਕੱਢਦਾ, ਤਾਂ 6 ਤਾਂ ਵੱਜ ਗਏ ਆ, ਅਤੇ ਅੱਗੇ 6 ਵਜੇ ਤੁਹਾਨੂੰ ਅੱਗੇ ਵੀ ਦੱਸਿਆ ਮੈਂ ਧਾਰਾਂ ਕੱਢ ਲੈਂਦਾ। ਅੱਜ ਮੈਂ ਫਿਰ ਲੇਟ ਹੋਇਆ ਕਿਉਂਕਿ ਅੱਜ ਨਾ ਆਪਾਂ ਰੇੜੀ ਦਾ ਬੈਰੰਗ ਟੁੱਟ ਗਿਆ ਅਤੇ ਕੱਲ੍ਹ, ਅਤੇ ਅੱਜ ਚਾੜ ਕੇ ਹਟਿਆ ਉਹਨੂੰ ਬੈਰੰਗ ਨੂੰ, ਅਤੇ ਬਾਕੀ ਹੁਣ ਇੱਟਾਂ ਹਜੇ ਵੀ ਥੱਲੇ ਲੱਗੀਆਂ ਮੈਂ ਦਿਖਾ ਦਿੰਦਾ ਵਾਂ। ਔਰ ਅਤੇ ਇਹ ਤਾਂ ਗੱਡੀਆਂ ਨਹੀਂ ਗਈਆਂ, ਅਤੇ ਹੁਣ ਮੈਂ ਬਾਅਦ 'ਚੋਂ ਕੱਢਦਾ ਵਾਂ ਧਾਰਾਂ ਧੁਰਾਂ ਕੱਢ ਲਵਾਂ, ਅਤੇ ਬਾਕੀ ਫਿਰ ਮੈਂ ਜਾਂਦਾ ਘਰ ਨੂੰ। ਅਤੇ ਅਲੀ ਬਈ ਅੱਜ ਫਿਰ ਗਿਆ ਉਹ 25 ਵਾਲੇ ਦੁਹਾੜ ਨੂੰ ਸਪਰੇਅ ਕਰਨ, ਉੱਦਣ 15 ਵਾਲੇ ਨੂੰ ਕੀਤੀ ਸੀਗੀ, ਅੱਜ 25 ਵਾਲੇ ਨੂੰ ਕਰਨੀ ਆ, ਅਤੇ ਬਾਕੀ ਫਿਰ ਹੁਣ ਧਾਰਾਂ ਧੁਰਾਂ ਕੱਢਦਾ ਵਾਂ ਅਤੇ ਜਾਂਦੇ ਹਾਂ ਘਰ ਨੂੰ। ਅਤੇ ਬਾਕੀ ਕੱਲ੍ਹ ਵਲੋਗ ਇਹ ਤਾਂ ਹੁਣ ਮੈਂ ਤਿੰਨਾਂ ਵਲੋਗਾਂ ਬਾਅਦ ਇਹ ਵਲੋਗ ਆਉਣਾ, ਇਹ ਮੈਂ ਇਹ ਦੱਸਣ ਦਿਆਂ ਵੀ ਕੱਲ੍ਹ ਵਲੋਗ ਇਸ ਕਰਕੇ ਨਹੀਂ ਆਇਆ ਕਿਉਂਕਿ ਨੈੱਟ ਬਹੁਤ ਸਲੋਅ ਸੀਗਾ, ਅਤੇ ਬਾਕੀ ਉਹਨੂੰ ਕਿਹੜਾ ਪਤਾ ਨਹੀਂ ਯਾਰ ਕਿਹੜਾ ਸੈੱਲ ਕਹਿੰਦੇ ਆ ਜਿਹੜਾ ਕੰਪਿਊਟਰ ਦੇ ਵਿੱਚ ਪਾਈ, ਉਹ ਜਿਹੜਾ ਹੁੰਦਾ ਨਹੀਂ ਗੋਲ ਜਿਹਾ ਹੁੰਦਾ ਵਾ, ਉਹ ਸ਼ਾਇਦ ਕੰਪਿਊਟਰ ਦੇ ਵਿੱਚ ਦੇਖਿਆ ਹੋਵੇ, ਜਿੰਨਾ ਕੁ ਹੈ ਉਹਨਾਂ ਨੂੰ ਪਤਾ ਹੋਣਾ ਸੈੱਲ ਦਾ, ਪਤਾ ਨਹੀਂ ਕੀ ਕਹਿੰਦੇ ਯਾਰ ਉਹਨੂੰ। ਅਤੇ ਉਹ ਸੈੱਲ ਖਰਾਬ ਹੋ ਗਿਆ ਸੀਗਾ, ਅਤੇ ਟਾਈਮ ਨਹੀਂ ਸਹੀ ਸੀਗਾ ਕੰਪਿਊਟਰ ਦਾ, ਮੈਂ ਟਾਈਮ ਵੱਲ ਧਿਆਨ ਨਹੀਂ ਦਿੱਤਾ, ਅਤੇ ਬਾਕੀ ਉਹ ਮੈਂ ਜੋ ਦੇਖਿਆ ਤਾਂ ਤਰੀਕ ਖਰਾਬ ਸੀ ਅੱਜ ਦੇਖਿਆ ਵਾ, ਅਤੇ ਇਸ ਕਰਕੇ ਨੈੱਟ ਬਹੁਤ ਸਲੋਅ ਚੱਲਣ ਦਿਆ ਸੀ। ਤਰੀਕ ਮੇਰੀ ਸੀਗੀ, ਬਾਕੀ ਸਾਲ ਸੂਲ ਸਾਰੇ ਸਹੀ ਸੀ, ਜਿਹੜੀ ਤਰੀਕ ਸੀ ਉਹ ਗਲਤ ਸੀਗੀ, ਉਹ 7 ਤਰੀਕ ਸੀਗੀ, ਅਤੇ ਅੱਜ ਤਰੀਕ ਹੈਗੀ 12, ਅਤੇ ਇਸ ਕਰਕੇ ਨਾ ਨੈੱਟ ਸਹੀ ਨਹੀਂ ਚੱਲਣ ਦਿਆ ਸੀ, ਅਤੇ ਮੈਂ ਕਿਹਾ ਪਤਾ ਨੈੱਟ ਖਰਾਬ ਆ, ਅਤੇ ਇਸ ਕਰਕੇ ਵਲੋਗ ਬਣੇ ਪਏ ਆ ਪਰ ਚਾਰ ਨਹੀਂ ਹੋਣ ਦੇ ਸੀਗੇ। ਅਤੇ ਬਾਕੀ ਹੁਣ ਮੈਂ ਆਇਆ ਵਾਂ ਅਪਲੋਡਿੰਗ 'ਤੇ, ਅਤੇ ਲਾ ਕੇ ਆਇਆ ਵਾਂ, ਅਤੇ ਹੁਣ ਦੇਖਦੇ ਹਾਂ ਵੀ ਕਿੰਨਾ ਚਿਰ ਲੱਗਦਾ ਹੁਣ ਅਪਲੋਡਿੰਗ ਹੋਣ 'ਤੇ। ਅਤੇ ਬਾਕੀ ਉਹ ਜਿਹੜੇ ਦੂਸਰੇ ਵਲੋਗ ਸੀਗੇ ਨਾ 2-3, ਉਹ ਮੈਂ ਇੱਦੀ ਖਰਾਬ ਟਾਈਮ 'ਤੇ ਚਾੜੇ, ਇਸ ਕਰਕੇ ਨਾ ਬਹੁਤ ਟਾਈਮ ਲੈਂਦੇ ਸੀ, ਮਤਲਬ ਘੰਟਾ 'ਤੇ ਲੈ ਜਾਂਦੇ ਸੀਗੇ ਅਪਲੋਡਿੰਗ ਹੁੰਦੇ, ਬਾਕੀ ਉੱਦਾਂ 6-15-20 ਮਿੰਟਾਂ ਅਪਲੋਡਿੰਗ ਹੋ ਜਾਂਦੀ ਆ। ਅਤੇ ਬਾਕੀ ਹੁਣ ਮੈਂ ਧਾਰਾਂ ਧੁਰਾਂ ਕੱਢ ਲਵਾਂ, ਅਤੇ ਬਾਕੀ ਫਿਰ ਬਾਅਦ 'ਚ ਮਿਲ, ਬਾਕੀ ਧਾਰਾਂ ਧੁਰਾਂ ਕੱਢ ਲਈਆਂ ਵਾਂ, ਅਤੇ ਹੁਣ ਜਾਂਦਾ ਘਰ ਨੂੰ, ਅਤੇ ਜਾ ਕੇ ਪਾਣੀ ਲੈ ਕੇ ਆਉਂਦਾ ਪੀਣ ਵਾਸਤੇ, ਅਤੇ ਬਾਕੀ ਭੜੋਲਾ ਖਾਲੀ ਕਰਨਾ, ਉਹ 'ਚ ਦਾਣੇ ਪਾਉਣੇ ਆ, ਤਾਜ਼ੀ ਜਿਹੜੀ ਕਣਕ ਨਾ ਗਾ ਕੇ ਲਿਆਉਂਦੀ ਸੀਗਾ ਆਪਾਂ ਉਹ ਪਾਣੀ ਆ। ਅਤੇ ਬਾਕੀ ਹੁਣ ਮੈਂ ਜਾਂਦਾ ਘਰ ਨੂੰ, ਅਤੇ ਹੁਣ ਵਲੋਗ ਦਾ ਇੱਥੇ ਕਰਦੇ ਐਂਡ, ਅਤੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਪੱਕਾ ਕਰਦੇ ਕੋਲ ਸਬਸਕ੍ਰਾਈਬ।